ਆਲਮ ਤੇ ਜ਼ਾਲਮ ਇਹ ਬੱਚੇ ਦੋਵੇਂ ਚੂੜ ਚੱਕ ਪਿੰਡ ਦੇ ਕਿਸੇ ਪੱਠੇ ਤੇ ਕੰਮ ਕਰਦੇ ਇੱਕ ਮਜ਼ਦੂਰ ਦੇ ਬੱਚੇ ਸੀ ਜਿਹਦਾ ਬਾਪ ਚਲਾ ਗਿਆ ਛੱਡ ਕੇ ਬੱਚਿਆਂ ਨੂੰ ਮਾਂ ਨੂੰ ਵੀ ਛੱਡ ਗਿਆ ਪਰ ਜ਼ਿੰਦਗੀ ਕਿੱਥੇ ਹੁਸਨ ਲੁਕਾਈ ਬੈਠੀ ਹੈ ਸਾਨੂੰ ਆਪ ਨਹੀਂ ਪਤਾ ਹੁੰਦਾ ਸੋ ਇਹਨਾਂ ਬੱਚਿਆਂ ਨੇ ਆਪਣੀ ਜ਼ਿੰਦਗੀ ਤੇ ਗੀਤ ਜਿਹੜਾ ਸੰਗ ਦੇ 47 ਮੈਂ ਸੰਗ ਦੇ ਨੂੰ ਬੇਨਤੀ ਕਰਾਂਗਾ ਉਹ ਵੀ ਮੰਚ ਤੇ ਆਵੇ ਦਰਸ਼ਨ ਦੇਵੇ ਬੱਚਿਓ ਪਹਿਲਾਂ ਤਾਂ ਕਾਹਦੀਆਂ ਦੀਵਾਲੀਆਂ ਤੇ ਲੋਹੜੀਆਂ ਵਾਲਾ ਗੀਤ ਇੱਕ ਮਾਈਕ੍ਰੋਫੋਨ ਹੋਰ ਦੇਣਾ ਪਏਗਾ ਬੱਚਿਆਂ ਨੂੰ ਇਸ ਤੋਂ ਬਾਅਦ ਇੰਟਰੋਡਕਸ਼ਨ ਨਹੀਂ ਦੇਣੀ ਇਹ ਆਪਣੀ ਇੰਟਰੋਡਕਸ਼ਨ ਆਪ ਦੇਣਗੇ ਬਹੁਤ ਬਹੁਤ ਮਿਹਰਬਾਨੀ ਇੱਕ ਤਾਂ ਨੌਜਵਾਨ ਗੀਤਕਾਰ ਹੈ ਇਹ ਲੈ ਕੇ ਆਇਆ ਇਹਦੇ ਵਾਸਤੇ ਆਸ਼ੀਰਵਾਦ ਦੀਆਂ ਤਾੜੀਆਂ ਜ਼ਰੂਰ ਮਾਰੋ ਗੁੜਤੀ ਦੇ ਵਿੱਚ ਸਾਨੂੰ ਦੁੱਖੀ ਪਰੇਸ਼ਾਨੀ ਖੋਰੇ ਦੇ ਗਈਆਂ ਨੇ ਦਾਦੀਆਂ ਤੇ ਨਾਨੀਆਂ ਰੂੜੀਆਂ ਤੇ ਲੰਗੀਆਂ ਦਾ ਬੱਚੀ ਪੀਣੀ ਸਾਡਾ ਅਤੇ ਜੱਟਾਂ ਦੇ ਖੇਤਾਂ ਸੋਚੀ ਦੇ ਦਿਨ ਰਾਤਾਂ ਜਾਗ ਕੇ ਗਾਲੀਆਂ ਪਤਾ ਨੀ ਦੂਜੀ ਸੁਣਦਾ ਸਾਨੂੰ ਸੰਸਾਸ ਵੈਰੀ ਦਾ ਇੱਕ ਡੰਗੀ ਖਾਲੀ ਪਤਾ ਨੀ ਦੂਜੀ ਸਾਡੀਆਂ ਤਾਂ ਖੁਸ਼ੀਆਂ ਸਾਡੀਆਂ ਤਾਂ ਖੁਸ਼ੀਆਂ ਵੀ ਚੋਰਿਆਂ ਨੇ ਖਾ ਸਾਗੀ ਦਿਲਾ
ਮੁਕਲੀ ਜੀ ਦਾ ਮਿੰਦਾ ਮੁਕਲੀ ਜੀ ਦਾ ਮਿੰਦਾ ਨਾ ਜਾਂਦੀਆਂ ਸੰਭਾਲੀਆਂ ਸੋਚੀ ਦੇ ਅੱਜ ਸੋਚੀ ਦੇ ਅੱਜ।